بسم اللہ الرحمن الرحیم السلام علیکم سنگیو بیکਸਾ ਬਰਸਾਬੀ ਤੁਹਾਡੀ ਸੇਵਾ ਵਿੱਚ ਹਾਜ਼ਰ ਹੇ ਤੁਹਾਡੇ ਆਪਣੇ ਪੰਜਾਬੀ ਚੈਨਲ ਦੇ ਨਾਲ ਉਮੀਦ ਕਰਨਾ ਕਿ ਤੁਸੀਂ ਖਰੀਅਤ ਨਾਲ ਹੋਵੋਗੇ ਅੱਜ ਜਿਹੜੀ ਨਜ਼ਮ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਇਆ ਇਹ ਬੜੇ سنگੀਆਂ ਦੀ ਫਰਮਾਇਸ਼ ਵੀ ਸੀ ਕਿ ਇਹਦੀ ਵੀਡੀਓ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਤਿਆਰ ਕਰਨੀ ਚਾਹੀਦੀ ਹੈ ਇਹ ਵੀਡੀਓ ਜਾਂ ਕਿਸੇ ਵੀ ਸੂਰਤ ਵਿੱਚ ਜਿਹੜੀ ਹੈ ਉਹ ਸਾਡੇ ਤੱਕ ਪਹੁੰਚ ਨਹੀਂ ਚਾਹੀਦੀ سنگੀਆਂ ਦੀ ਫਰਮਾਇਸ਼ ਨੂੰ ਸਾਹਮਣੇ ਰੱਖਦੇ ਹੋਇਆ ਮੈਂ ਜਿਹੜੀ ਇਹ ਵੱਖ ਨਜ਼ਮ ਪੇਸ਼ ਕਰ ਰਿਹਾ ਹਾਂ ਉਮੀਦ ਕਰਨਾ ਕਿ ਤੁਸੀਂ ਇਹਨੂੰ ਪਸੰਦ ਕਰੋਗੇ ਪਸੰਦ ਆਵੇ ਤੇ ਲਾਈਕ ਕਰੋ ਸ਼ੇਅਰ ਕਰੋ ਸੰਗੀਆਂ ਦੇ ਨਾਲ ਤੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰੋ ਇਹ ਵੱਖ ਜਿਹੜੀ ਇਹ ਨਜ਼ਮ ਇਹਦੇ ਬਾਰੇ ਮੈਂ ਥੋੜਾ ਜਿਹਾ ਦੱਸਦਾ ਜਾਵਾਂ ਕਿ ਹਰ ਘਰ ਦਾ ਤਕਰੀਬਨ ਹਰ ਦੂਜੇ ਘਰ ਦਾ ਇਹ ਰੋਲਾ ਅੱਜਕੱਲ ਜਿਹੜਾ ਬਾਬੇ ਆਦਮੂ ਗੱਲ ਲੱਗੀ ਆਉਂਦੀ ਏ ਕਿ ਜਿਹੜਾ ਜਦੋਂ ਬੰਦਾ ਆਪਣੇ ਪੈਰਾਂ ਤੇ ਖਲੋ ਜਾਂਦਾ ਹੈ ਉਦੋਂ ਘਰ-ਬਾਰ ਵਾਲਾ ਹੋ ਜਾਂਦਾ ਹੈ ਬੀਵੀ-ਬਚਿਆਣਾ ਹੋ ਜਾਂਦਾ ਹੈ ਤੇ ਉਹਦੀ ਜਿਹੜੀ ਹੈ ਉਹਦੀ ਬੀਵੀ ਦੀ ਮੁੰਡੇ ਦੀ ਮਾਂ ਦੇ ਨਾਲ ਅਣਬਣ ਹੁੰਦੀ ਏ ਜਿਹੜੀ ਇਹ ਰਹਿ ਨਹੀਂ ਹੁੰਦੀ ਇਕੱਠਿਆਂ ਨਹੀਂ ਰਹਿ ਸਕਦੇ ਤੇ ਮਾਪਿਆਂ ਦਾ ਜਿਹੜਾ ਆਪਣੀ ਔਲਾਦ ਨਾਲ ਪਿਆਰ ਹੈ ਉਹ ਵੀ ਇਹਦੇ ਵਿੱਚ ਤੁਹਾਨੂੰ ਨਜ਼ਰ ਆਵੇਗਾ ਉਹ ਕਿਵੇਂ ਵੱਖ ਜਿਹੜੀ ਇਹ ਕਿ ਸੱਸ ਜਿਹੜੀ ਉਹ ਨੂੰ ਨੂੰ ਆਖਦੀ ਏ ਕਿ ਉੱਠ ਦੀ ਆ ਵੇਖ ਦਿਨ ਕਿੱਥੇ ਚੜ ਆਇਆ ਉਠ ਟੀਆ ਵੇਖ ਦੇਣ ਕਿੱਥੇ ਚੜ ਆਇਆ ਏ ਸਾਬੂ ਤੇਰੇ ਸੁੱਤਿਆਂ ਮਸੀਤੋਂ ਪੜ ਆਇਆ ਏ ਪਿਓ ਤੇਰੇ ਸਰਗੀ ਦਾ ਪਾਣੀ ਬਾਹਰ ਲਾਇਆ ਏ ਪੱਤਾ ਲੈ ਕੇ ਆਉ ਉਹਨੇ ਸੁਣਿਆ ਕੁ ਲਾਇਆ ਏ ਆਟਾ ਗੁੰਨ ਉੱਠ ਕੇ ਤੇ ਗੁੱਲੀਆਂ ਪਕਾ ਚਾ ਟਾਈਮ ਸਿਰ ਸਾਬੂ ਨੂੰ ਸਕੂਲੇ ਤੂੰ ਕਲਾ ਚਾ ਮਾਲੇ ਮੇਰੇ ਰਾਤ ਦੀ ਡਿਊਟੀ ਦੇ ਕੇ ਆਉਣਾ ਹੈ ਮਾਲਾ ਉਹਦਾ ਪੁੱਤਰ ਏ ਡਿਊਟੀ ਤੇ ਗਿਆ ਮਾਲੇ ਮੇਰੇ ਰਾਤ ਦੀ ਡਿਊਟੀ ਤੇ ਕੇ ਆਉਣਾ ਏ ਪਹਿਲਾਂ ਉਹਨੇ ਖਾਣਾ ਕੁਝ ਮੋੜੋ ਨੇ ਸੋਣਾ ਨੂੰ ਕਹਿੰਦੀ ਕਿ ਇਸ ਵੇੜੇ ਸੋਨਾ ਵੀ ਅਜ਼ਾਬ ਨਾਲੋਂ ਘੱਟ ਨਹੀਂ ਇਸ ਜਿਹੜੇ ਸੋਨਾ ਵੀ ਅਜ਼ਾਬ ਨਾਲੋਂ ਘੱਟ ਨਹੀਂ ਮੈਨੂੰ ਵੇਖ ਸੁਤਿਆਂ ਇਹ ਕੱਢ ਸਕੀ ਝਟ ਨਹੀਂ ਤੇ ਸਾਰਾ ਦਿਨ ਇੱਥੇ ਮੇਰਾ ਕੰਮਾਂ ਵਿੱਚ ਲੰਗਦਾ ਹੈ ਇੱਥੇ ਹਰ ਜੀ ਮੈਨੂੰ ਸੱਪਾਂ ਵਾਂਗੂੰ ਡੰਗਦਾ ਮੇਰੇ ਕੋਲੋਂ ਹੁੰਦੇ ਨਹੀਂ ਜੇ ਕਰਨ ਇਸ ਘਰ ਦੇ ਮੇਰੇ ਕੋਲੋਂ ਹੁੰਦੇ ਨਹੀਂ ਜੇ ਕੰਮ ਇਸ ਘਰ ਦੇ ਖਾ ਪੀ ਕੇ ਭਾਂਡੇ ਤੁਸੀਂ ਮੇਰੇ ਲਈ ਉਧਰ ਦੇ ਤੇ ਮਾਂ ਜਮਾਂਜ ਭਾਂਡੇ ਮੇਰੇ ਹੱਥ ਕੱਸ ਗਏ ਨੇ ਕੰਮ ਨੂੰ ਹੀ ਕਰਨਾ ਸਿਆਣੇ ਦੱਸ ਗਏ ਨੇ ਸ਼ਕਲਾਂ ਤੋਂ ਲੱਗਦਾ ਏ ਬੜੇ ਹੀ ਵਿਚਾਰੇ ਹੋ ਸ਼ਕਲਾਂ ਤੋਂ ਲੱਗਦਾ ਏ ਬੜੇ ਹੀ ਵਿਚਾਰੇ ਹੋ ਕੱਲਾ ਉਹ ਕਮਾਂਦਾ ਏ ਤੇ ਖਾਨ ਵਾਲੇ ਸਾਰੇ ਹੋ ਮਾਲਾ ਸ਼ਰਮ ਆ ਜਾਂਦਾ ਤੇ ਰੋਲਾ ਸੁਣ ਕੇ ਆਖਦਾ ਕਿ ਨੂਰ ਪੀਰ ਵੇਲੇ ਤੂੰ ਸਾ ਕਾਹਦਾ ਰੋਲਾ ਪਾਇਆ ਏ ਵੱਡੇ ਦੇ ਸਵੇਰੇ ਤੂੰ ਸਾ ਕਿਉਂ ਜੰਗ ਲਾਇਆ ਏ ਮਾਂ ਕਹਿੰਦੀ ਏ ਧੀ ਰਾਣੀ ਆ ਕੇ ਧੀ ਰਾਣੀ ਆ ਕੇ ਤੇ ਸੁੱਤੀ ਨੂੰ ਜਗਾਇਆ ਏ ਇੰਨੀ ਗੱਲ ਪਿੱਛੇ ਵੇਖ ਰੋਲਾ ਇਹਨੇ ਪਾਇਆ ਏ ਨੂੰ ਆਪਣੇ ਘਰ ਵਾਲੇ ਨੂੰ ਆਖਦੀ ਏ ਕਿ ਗੱਲ ਸੁਣੋ ਮੇਰੀ ਦੱਸੋ ਮੇਰਾ ਕੀ ਕਸੂਰ ਗੱਲ ਸੁਣੋ ਮੇਰੀ ਦੱਸੋ ਮੇਰਾ ਕੀ ਕਸੂਰ ਏ ਇਨਾ ਕਮਾਂ ਹੱਥੋਂ ਦਿਲ ਬੜਾ ਮਜਬੂਰ ਏ ਮੇਰੇ ਕੋਲ ਹੁੰਦੇ ਨਹੀਂ ਜੇ ਕੰਮ ਇਸ ਘਰ ਦੇ ਮੈਨੂੰ ਕੋਈ ਡਰ ਨਹੀਂ ਜੇ ਤੂੰ ਸਿਰੋਂ ਉਹ ਡਰਦੇ ਤੇ ਰੋਬ ਸਾਰੇ ਜੀ ਇੱਥੇ ਵੱਖੋ ਵੱਖ ਪਾਉਂਦੇ ਨੇ ਰੋਬ ਸਾਰੇ ਜੀ ਇੱਥੇ ਵੱਖੋ ਵੱਖ ਪਾਉਂਦੇ ਨੇ ਮੇਰੇ ਉੱਤੇ ਸਾਰੇ ਹੀ ਇੱਥੇ ਹੁਕਮ ਚਲਾਉਂਦੇ ਨੇ ਤੇ ਅੱਬਾ ਜਿਹੜਾ ਜਿਸ ਪਾਣੀ ਬਾਹਰ ਲਾਇਆ ਹੁੰਦਾ ਓ ਉਹ ਵੀ ਓਨੇ ਛੇਰ ਨੂੰ ਘਰ ਆ ਕੇ ਆਖਦਾ ਕਿ ਖੈਰ ਹੋਵੇ ਧੀ ਮੇਰੀ ਕਾਦਰ ਰੋਲਾ ਪਾਇਆ ਏ ਵੱਡੇ ਦੇ ਸਵੇਰੇ ਮhalla ਸਿਰ ਤੇ ਕਿਉਂ ਚਾਇਆ ਸਸ ਕੰਨੀਏ ਕਿ ਹੋਣਾ ਕੀ ਆਖਿਆ ਮੈਂ ਗੁਲੀਆਂ ਪਕਾ ਚਾ ਟਾਈਮ ਸਿਰ ਮੁੰਡੇ ਨੂੰ ਸਕੂਲੇ ਵੀ ਕਲਾ ਚਾ ਸਾਡੇ ਉੱਤੇ ਧੀਆ ਤੈਨੂੰ ਹੋਰੇ ਕਾ ਦੀ ਕੋੜ ਏ ਸਾਡੇ ਉੱਤੇ ਧੀਆ ਤੈਨੂੰ ਹੋਰੇ ਕਾ ਦੀ ਕੋੜ ਏ ਅਸਾਂ ਤੈਨੂੰ ਸੇੜਿਆ ਏ ਸਾਨੂੰ ਤੇਰੀ ਲੋੜ ਤੇ ਮਾਲਾ ਕਹਿੰਦਾ ਅੱਪਾ ਇੰਜ ਲੱਗਦਾ ਏ ਹੋਣਾ ਨਹੀਂ ਗੁਜ਼ਾਰਾ ਏ ਅੱਬਾ ਇੰਜ ਲੱਗਦਾ ਏ ਹੋਣਾ ਨਹੀਂ ਗੁਜ਼ਾਰਾ ਏ ਰਹਿ ਕੇ ਇਕੱਠਿਆਂ ਨਹੀਂ ਮੁਕਣਾ ਪਵਾੜਾ ਏ ਅੱਬਾ ਇਹ ਲੱਗਦਾ ਹੈ ਹੁਣਾ ਨਹੀਂ ਗੁਜ਼ਾਰਾ ਇਹ ਰਹਿ ਕੇ ਇਕੱਠਿਆਂ ਨਹੀਂ ਮੁਕਣਾ ਪੁਹਾੜਾ ਹੈ ਅੱਬਾ ਅੱਜ ਸ਼ਾਮ ਦੀ ਮੈਂ ਵਖਰੀ ਪਕਾਣੀ ਹੈ ਅੱਬਾ ਅੱਜ ਸ਼ਾਮ ਦੀ ਮੈਂ ਵਖਰੀ ਪਕਾਣੀ ਹੈ ਵਿੜੇ ਵਿੱਚ ਆਪਣੇ ਮੈਂ ਕੰਦ ਵੀ ਬਣਾਣੀ ਹੈ ਅੱਬਾ ਕਹਿੰਦਾ ਵਾ ਪੁੱਤਰ ਤੇਰੇ ਉੱਤੇ ਹੀ ਹੋਈ ਉਮੀਦ ਸੀ ਵਾ ਪੁੱਤਰ ਤੇਰੇ ਉੱਤੇ ਹੀ ਹੋਈ ਉਮੀਦ ਸੀ ਤੇਰਾ ਵੀ ਕਸੂਰ ਕੋਈ ਨਹੀਂ ਲੇਖਾਂ ਦੀ ਖਰੀਦ ਸੀ ਚੰਗਾ ਕੀਤਾ ਗੱਲ ਅੱਜ ਖੁੱਲ ਕੇ ਤੇ ਕੀਤੀ ਆ ਚੰਗਾ ਜੀਤੇ ਗੱਲ ਅੱਜ ਖੁੱਲ ਕੇ ਤੇ ਕੀਤੀ ਆ ਪੁੱਛ ਪੁੱਛ ਸਾਨੂੰ ਜਿਹੜੀ ਅੱਜ ਸਾਡੇ ਉੱਤੇ ਬੀਤੀ ਆ ਬੜਿਆਂ ਹੀ ਨਾਜ਼ਾਂ ਨਾਲ ਤੈਨੂੰ ਅਸਾਂ ਪਾਲਿਆ ਸਾਨੂੰ ਸਾਡਾ ਕੋਈ ਤੇ ਕਸੂਰ ਦਾ ਸਮਾਲਿਆ ਬੜਿਆਂ ਹੀ ਨਾਜ਼ਾਂ ਨਾਲ ਤੈਨੂੰ ਅਸਾਂ ਪਾਲਿਆ ਸਾਨੂੰ ਸਾਡਾ ਕੋਈ ਤੇ ਕਸੂਰ ਦਾ ਸਮਾਲਿਆ ਰੋਟੀ ਸੁਣੇ ਰੱਬ ਨੇ ਤੇ ਦਿੰਦੇ ਹੀ ਰਹਿਣਾ ਰੋਟੀ ਸੁਣੇ ਨਾਬਣੇ ਤੇ ਦਿੰਦੇ ਹੀ ਰਹਿਣਾ ਹੈ ਸ਼ਾਮੋਂ ਪਿੱਛੇ ਮਾਪਿਆਂ ਦੇ ਕੋਲ ਕਿੰਨੇ ਬਹਿਣਾ ਹੈ ਕੱਲ ਹੋਰ ਕੋਈ ਵੀ ਨਹੀਂ ਗੱਲ ਹੋਰ ਕੋਈ ਵੀ ਨਹੀਂ ਰਾਜੂ ਨੇ ਟੀਟਣੇ ਨੈਣ ਇੱਕ ਦਿਨ ਅਸਾਂ ਸਾਰਿਆਂ ਹੀ ਮੀਟਨੇ ਰੱਬ ਤੈਨੂੰ ਤੇਰੇ ਪੁੱਤ ਕੋਲੋਂ ਵੱਖ ਕਰੇ ਨਾ ਰੱਬ ਤੈਨੂੰ ਤੇਰੇ ਪੁੱਤ ਕੋਲੋਂ ਵੱਖ ਕਰੇ ਨਾ ਹੋਕੇ ਇੱਥੇ ਕੋਈ ਸ਼ਾਲਾ ਮੇਰੇ ਵਾਂਗੂ ਭਰੇ ਨਾ ਮਾਂ ਤੇਰੀ ਵੇਖ ਕਿਵੇਂ ਚੁੱਪ ਕਰ ਗਈ ਏ ਵੱਖ ਦਾ ਉਹ ਸੁਣ ਕੇ ਹੀ ਵੇਖ ਡਰ ਗਈ ਮਾਂ ਕਹਿੰਦੀ ਏ ਜੇ ਤੂੰ ਆਖੇ ਜੇ ਤੂੰ ਆਖੇ ਮਾਲਿਆ ਤੇ ਦੱਸਾਂ ਗੱਲ ਦਿਲ ਦੀ ਜੇ ਤੂੰ ਆਖੇ ਮਾਲਿਆ ਤੇ ਦੱਸਾਂ ਗੱਲ ਦਿਲ ਦੀ ਏ ਰੋਤ ਮਾਪਿਆਂ ਨੂੰ ਔਖੀ ਹੋ ਕੇ ਮਿਲਦੀ ਬੂਆ ਕੰਧ ਵਿੱਚੋਂ ਸਾਡੇ ਵੇੜੇ ਵੱਲੋਂ ਕੱਢਨੇ ਬੂਆ ਕੰਦ ਵਿੱਚੋਂ ਸਾਡੇ ਵੇੜੇ ਵੱਲੋਂ ਕੱਢ ਲਈ ਰੱਬ ਨਾਲ ਲਿਆਵੇ ਔਖੇ ਵੇਲੇ ਸਾਨੂੰ ਸੱਦ ਲਈ ਤੇ ਅੱਬਾ ਕਹਿੰਦਾ ਕਿ ਧੀ ਸਾਡੀ ਆਖਿਆ ਤੇ ਗੱਲ ਪੂਰੀ ਕਰੀਏ ਧੀ ਸਾਡੀ ਆਖਿਆ ਤੇ ਗੱਲ ਪੂਰੀ ਕਰੀਏ ਨੇੜੇ-ਨੇੜੇ ਰਹਿ ਕੇ ਵਿਛੋੜੇ ਨੂੰ ਪੈ ਜਰੀਏ ਇਸ ਵਕਤ ਤੈਨੂੰ ਕਿਸੇ ਥਾਂ ਦਾ ਨਹੀਂ ਛੱਡਣਾ ਇਸ ਵਕਤ ਤੈਨੂੰ ਕਿਸੇ ਥਾਂ ਦਾ ਨਹੀਂ ਛੱਡਣਾ ਤੈਨੂੰ ਤੇਰੇ ਘਰੋਂ ਤੇਰੇ ਪੁੱਤrana ਨੇ ਕੱਢਣਾ ਕਿਣ ਮਣ ਹੰਝੂਆਂ ਦੀ ਲੱਗੀ ਰਹਿਣੀ ਮਾਲਿਆ ਕਿੰਮੇਣ ਹੰਜੂਆਂ ਦੀ ਲੱਗੀ ਰਣੀ ਮਾਲਿਆ ਪਾਣੀ ਖੋਰ ਦਿੰਦੇ ਨਹੀਂ ਉਹ ਮਿੱਟੀ ਸੈਂਦੀ ਮਾਲਿਆ ਖੁਸ਼ ਰਵੋ ਸ਼ਾਲਾ ਇੰਜੇ ਹਰ ਵੇਲੇ ਹੱਸੋ ਪੈ ਘਰ ਵਿੱਚ ਆਪਣੇ ਸਲੂਕ ਨਾਲ ਵਸੋ ਪੈ ਅਸੀਂ ਇੱਕ ਤਾੜੇ ਲੱਗੀ ਅੱਖ ਹੋ ਜਾਵਾਂਗੇ ਅਸੀਂ ਇੱਕ ਤਾੜੇ ਲੱਗੀ ਅੱਖ ਹੋ ਜਾਵਾਂਗੇ ਛੇਤੀ ਹੁਣ ਬੂਤਾ ਨਾਲੋਂ ਵਕ ਹੋ ਜਾਵਾਂਗੇ ਛੇਤੀ ਹੁਣ ਬੂਤਾ ਨਾਲੋਂ ਵਕ ਹੋ ਜਾਵਾਂਗੇ